ਮੇਰੀ ਕਵਿਤਾ ਦਾ ਸਿਰਲੇਖ ਹੈ ਸ਼ਹੀਦਾਂ ਦੇ ਸਿਰਤਾਜ। ਧੰਨ ਗੁਰੂ ਅਰਜਨ ਦੇ ਪਿਆਰੇ, ਭਾਨੀ ਮਾਂ ਦੇ ਅੱਖ ਦੇ ਤਾਰੇ, ਧਰਮ ਹੇਤ ਕਰ ਗਏ ਕੁਰਬਾਨੀ, ਹੋਣ ਨੇ ਦਿੱਤੀ ਧਰਮ ਦੀ ਹਾਨੀ, ਜੱਗ ਦੇ ਤਾਈਂ ਮਰਨਾ ਦੱਸ ਗਏ, ਹਰ ਬੰਦੇ ਦੇ ਦਿਲ ਵਿੱਚ ਵਸ ਗਏ, ਚੰਦੂ ਚੰਦਰੇ ਕਹਿਰ ਸੀ ਕੀਤਾ, ਨਾਲ ਗੁਰਾਂ ਦੇ ਵੈਰ ਸੀ ਲੀਤਾ, ਪਹਿਲੇ ਤੱਤੀ ਲੋਹ ਤਪਾਈ, ਉੱਤੇ ਨੂਰੀ ਜੋਤ ਬਿਠਾਈ, ਤੱਤੀ ਰੇਤਾ ਸੀਸ 'ਤੇ ਪਾਇਆ, ਪਿੰਡਾ ਭੜਥੇ ਵਾਂਗ ਬਣਾਇਆ, ਅੱਜ ਤੱਕ ਰਾਵੀ ਦੀਆਂ ਵੀ ਛੱਲਾਂ ਚੇਤੇ ਕਰਕੇ ਕਰਦੀਆਂ ਗੱਲਾਂ, ਬੰਦੇ ਦੇ ਉਧਾਰ ਦੀ ਖਾਤਰ, ਸਾਰੇ ਹੀ ਸੰਸਾਰ ਦੀ ਖਾਤਰ, ਗੁਰੂ ਅਰਜਨ ਨੇ ਭਲਾ ਕਮਾਇਆ, ਜੁਗੋ ਜੁਗ ਗੁਰੂ ਗ੍ਰੰਥ ਬਣਾਇਆ, ਹਰ ਮੰਦਰ ਜੋ ਥਾਨ ਸੁਹਾਇਆ, ਜਿਸ ਦਾ ਜਸ ਦੇਵਤਿਆਂ ਗਾਇਆ, ਪੰਜਵੇਂ ਗੁਰੂ ਦੇ ਇਹ ਉਪਕਾਰ, ਚੰਦੂ ਪਾਪੀ ਗਿਆ ਵਿਸਾਰ, ਧੰਨ ਗੁਰੂ ਅਰਜਨ ਦੀ ਕੁਰਬਾਨੀ, ਕਿੱਥੋਂ ਲੱਭੀਏ ਜੋਤ ਨੂਰਾਨੀ, ਹੱਸ ਕੇ ਜ਼ੁਲਮ ਜਬਰ ਨੂੰ ਸਹਿ ਗਏ, ਤੇਰਾ ਭਾਣਾ ਮਿੱਠਾ ਕਹਿ ਗਏ, ਤੇਰਾ ਭਾਣਾ ਮਿੱਠਾ ਕਹਿ ਗਏ। ਧੰਨਵਾਦ।